आप देख रहे हैं APN वेब न्यूज। मैं एसी निशान सिंह डिवीजन नंबर 2 ਦੇ ਵਿੱਚ ਤਾਇਨਾਤ ਹਾਂ ਜੀ। मैं ਅੱਜ ਪੁਲਿਸ ਪਾਰਟੀ ਆਪਣੀ ਸਮੇਤ ਪੁਲਿਸ ਪਾਰਟੀ ਦੇ ਬਾਲਮੀ ਗੇਟ ਨਾਕਾ ਲਾਇਆ ਹੋਇਆ ਜੀ। ਉੱਥੇ ਮੇਰੇ ਕੋਲ ਮੁਖਬਰ ਦਿੱਤੀ ਤਲਾਹ ਦਿੱਤੀ ਜੀ, ਇੱਕ ਚੇਤਨ ਨਾਮ ਦਾ ਲੜਕਾਗਾ ਜਿਹੜਾ ਡੇਲੀ ਮਲਕਾ ਚੌਂਕ ਦੇ ਵਿੱਚ दारू ਵੇਚਦੇ ਆ ਬੰਦੇ, ਤਾਂ ਉਹਨਾਂ ਨੂੰ दारू ਦੇਣ ਆਉਂਦਾ ਜੀ। ਜਿੱਥੇ ਅਸੀਂ ਆਪਣੇ ਉੱਥੇ ਪੁਲਿਸ ਪਾਰਟੀ ਦੇ ਨਾਲ ਰੁਕਾ ਲਿਖ ਕੇ ਭੇਜਤਾ ਥਾਣੇ ਜੀ, ਤੇ ਥੋੜੀ ਹੀ ਦੇਰ ਬਾਅਦ ਇੱਕ ਚਿੱਟੇ ਰੰਗ ਦੀ ਐਕਟਿਵਾ ਤੇ ਆ ਬੰਦਾ ਆ ਗਿਆ, PP07 ਤੇ PP070 524 ਨੰਬਰ ਸਕੂਟਰੀ ਦਾ ਸੀ ਜੀ। ਇਹਨੇ ਅੱਗੇ ਬੋਰਾ ਪਲਾਸਟਿਕ ਦੇ ਵਿੱਚ दारू ਦੀਆਂ 3 ਪੇਟੀਆਂ ਮਾਸਟਰ ਮੂਵਮੈਂਟ ਦੀਆਂ ਰੱਖੀਆਂ ਹੋਈਆਂ ਸੀ। ਜਦੋਂ ਇਹਨੂੰ ਫੜਨ ਲੱਗੇ ਥੋੜਾ ਪਿੱਛੇ ਮੁੜ ਲੱਗਾ, ਫਿਰ ਮੈਂ ਪੁਲਿਸ ਪਾਰਟੀ ਨਾਲ ਫੜ ਕੇ ਇਹਦੀ ਤਲਾਸ਼ੀ ਲਈ ਜੀ ਉੱਥੇ ਮੌਕੇ ਤੇ, ਤੇ ਉੱਥੇ ਮੁੜ ਕੇ ਕਾਬੂ ਕਰਕੇ ਦਾ ਨਾਮ ਪਤਾ ਪੁੱਛਿਆ, ਸਾਰੀ ਗੱਲਬਾਤ ਪੁੱਛੀ, ਤੇ ਆਂਦਾ ਕਾਫੀ ਦੇਰ ਤੋਂ ਕੋਈ ਮਹੀਨਾ ਡੇਢ 2 ਮਹੀਨੇ ਤੋਂ ਇੱਥੋਂ ਸ਼ਰਾਬ ਦੇਣ ਆ ਰਿਹਾ ਸੀ। ਮਲਕਾ ਮਹੱਲੇ ਦੇ ਅੱਗੇ ਬੰਦਿਆਂ ਤੇ ਕਾਫੀ ਬੰਦਿਆਂ ਤੇ ਮੈਂ ਪਰਚੇ ਪਹਿਲਾਂ ਵੀ ਦਰਜ ਕਰ ਚੁੱਕਾ ਜੀ, 3-4 ਪਰਚੇ ਦਰਜ ਹੋ ਚੁੱਕੇ ਉੱਥੇ ਜੀ ਜਿਹੜੇ दारू ਵੇਚਦੇ ਆ ਜੀ। ਤੇ ਅੱਜ ਆ ਮੌਕੇ ਤੇ ਬੰਦਾ ਕਾਬੂ ਆ ਗਿਆ, ਆ ਸ਼ਰਾਬ ਦੇਣ ਆਇਆ ਸੀ ਉੱਥੇ ਬੰਦਿਆਂ ਨੂੰ, ਤੇ ਇਹਨੂੰ ਮੌਕੇ ਤੇ ਕਾਬੂ ਕਰ ਲਿਆ ਜੀ। ਪੰਜਾਬ ਦੀ ਸ਼ਰਾਬ ਸੀ ਤੇ ਉਹ ਸ਼ਰਾਬ ਦੇ ਲੈ ਕੇ ਮੜ ਕੇ ਵਰਜਮਾਨ ਤੇ ਹੀ ਉਹਨੂੰ ਰਿਹਾ ਕਰ ਦਿੰਦੇ ਆ ਜੀ। ਜਿੱਦਾਂ ਇਹ ਤੇ ਚੰਡੀਗੜ੍ਹ ਦੀ ਸ਼ਰਾਬ ਹੁੰਦੀ ਫਿਰ ਤੇ ਅਸੀਂ ਜੇਲ੍ਹ ਦੇ ਵਿੱਚ 420 ਲਾ ਕੇ ਭੇਜਣਾ ਸੀ, ਆ ਪੰਜਾਬ ਦੀ ਸ਼ਰਾਬ ਦੀ ਜਮਾਨਤ ਮੌਕੇ ਤੇ ਲੈ ਸਕਦੇ ਆ ਸਰ। ਸਰ ਇਸ ਤੋਂ ਪਹਿਲਾਂ ਵੀ ਥੋੜੇ ਦਿਨ ਪਹਿਲਾਂ ਇੱਕ ਮਾਮਲਾ ਆਇਆ ਸੀ, ਉਹਦੇ ਵਿੱਚ ਕੋਈ ਇਹਦੀ ਇਨਵੋਲਵਮੈਂਟ ਹੈਗੀ? ਸਰ ਮੈਨੂੰ ਨਹੀਂ ਪਤਾ, ਸਾਡੇ ਥਾਣੇ ਦੇ ਵਿੱਚ ਕੋਈ ਇਹੋ ਜਿਹਾ ਮਾਮਲਾ ਨਹੀਂ ਦਰਜ ਆਇਆ ਹੋਇਆ ਜੀ। ਅਸੀਂ ਤੇ ਅੱਜ ਪਹਿਲੇ ਵਾਰ ਫੜਿਆ ਇਹਨੂੰ ਜੀ। ਇਹਨਾਂ ਉੱਤੇ ਕੋਈ ਪਹਿਲੀ ਕੰਪਲੇਂਟ ਜਾਂ ਕੋਈ ਪਰਚਾ? ਨਹੀਂ, ਮੈਨੂੰ ਇਸ ਗੱਲ ਦਾ ਪਤਾ ਨਹੀਂ, ਇੱਥੇ ਪਹਿਲਾ ਮੁਕਦਮਾ ਦਰਜ ਆ, ਪਹਿਲਾਂ ਇੱਥੇ ਕੋਈ ਮੁਕਦਮਾ ਦਰਜ ਨਹੀਂ ਹੈ ਚੇਤਨ ਤੇ ਜੀ। ਕੀ ਨਾਮ ਜੀ ਚੇਤਨ? ਇਹਦਾ ਚੇਤਨ ਸਨ ਉਹ ਗੁਰਨਾਮ ਵਾਸੀ EL27 ਕਲਿਆਣੀ ਮੱਲਾ, ਹਾਲ ਵਾਸੀ ਮਕਾਨ ਨੰਬਰ ਹੈਗਾ ਰੀਨਾ ਰਾਣੀ, ਰਕੇਸ਼ ਕੁਮਾਰ ਵਾਸੀ ਅਵਤਾਰ ਨਗਰ ਰਹਿ ਰਿਹਾ ਜੀ, 146 ਨੰਬਰ ਮਕਾਨ ਆ, 7 ਨੰਬਰ ਗਲੀ ਆ ਜੀ, ਉੱਥੇ ਰਹਿ ਰਿਹਾ ਆਪਣੇ ਕਿਰਾਏ ਤੇ, 1.5 ਸਾਲ ਤੋਂ ਉੱਥੇ ਰਹਿ ਰਿਹਾ ਜੀ। ਹੁਣ ਇੱਕ 61-14 ਐਕਸਾਈਜ਼ ਐਕਟ ਦਾ ਇੱਥੇ ਮੁਕਦਮਾ ਦਰਜ, 74 ਨੰਬਰ ਮੁਕਦਮਾ ਦਰਜ ਕਰਤਾ ਸਾਰਾ ਜੀ, ਅਤੇ ਅਗਲੀ ਕੁਛ ਕਿਛੇ ਜਾਰੀ ਆ ਜੀ ਇਹਦੇ ਕੋਲ। ਜਿੱਦਾਂ ਅੱਗੇ ਸਾਨੂੰ ਕੋਈ ਵਿਊ ਮਿਲੂਗਾ ਵੀ ਕਿੱਥੋਂ ਸ਼ਰਾਬ ਲੈ ਕੇ ਆਉਂਦਾ, ਕਿੱਥੇ ਕਿੱਥੇ ਦਿੰਦਾ ਗਾ, ਉਸ ਹਿਸਾਬ ਨਾਲ ਅਸੀਂ ਗਾੜੀ ਇਹਦੀ ਟੈਲੀਫੋਨ ਦੀ CDR ਪਾ ਕੇ ਜਿਹੜੇ ਜਿਹੜੇ ਬੰਦਿਆਂ ਦੇ ਲਿੰਕ ਜੋੜਨਗੇ ਅਸੀਂ, ਉਹਨਾਂ ਉਹਨਾਂ ਬੰਦਿਆਂ ਨਾਮਜ਼ਦ ਕਰਾਂਗੇ ਪਰਚੇ ਦੇ ਵਿੱਚ, ਅਤੇ ਸਖ਼ਤ ਤੋਂ ਸਖ਼ਤ ਕਾਰਵਾਈ ਕਰਾਂਗੇ ਜੀ। आप देख रहे हैं APN वेब न्यूज, हर रोज एक नई खबर के साथ। अपना पंजाब वेब न्यूज, आपका अपना न्यूज चैनल।